ਪੰਜਾਬ ਦੇ ਵਿੱਚ ਪਾਣੀ ਦਾ ਪ੍ਰਦੂਸ਼ਣ ਬਹੁਤ ਵੱਡੀ ਪੱਧਰ 'ਤੇ ਵੱਧ ਰਿਹਾ। ਦੂਜਾ, ਪੰਜਾਬ ਦਾ ਜਿਹੜਾ ਧਰਤੀ ਦਾ ਹੇਠਲਾ ਪਾਣੀ ਆ ਉਹ ਬਹੁਤ ਨੀਵਾਂ ਚਲ ਗਿਆ। ਆਉਣ ਵਾਲੇ ਸਮੇਂ 'ਚ ਪੰਜਾਬ 'ਚ ਪਾਣੀ ਦੀ ਸਮੱਸਿਆ ਬਹੁਤ ਗੰਭੀਰ ਹੋਏਗੀ। ਜਿਹੜੇ ਵਿਗਿਆਨਕ ਚੇਤਾਵਨੀ ਦੇ ਰਹੇ ਆ ਉਹਦੇ ਪ੍ਰਤੀ ਸੁਚੇਤ ਹੁੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਪਹਿਲਕਦਮੀ ਕੀਤੀ ਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਛਬੀਲਾਂ ਅਤੇ ਜਿਹੜਾ ਵੀ ਪਾਣੀ ਬਾਰਿਸ਼ ਦਾ ਹੋਏਗਾ ਉਹਨੂੰ ਧਰਤੀ ਹੇਠ ਪਾਉਣ ਦਾ ਉਪਰਾਲਾ ਕੀਤਾ ਗਿਆ। ਇਸ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸੰਬੰਧਿਤ ਗੁਰੂ ਕੇ ਬਾਗ ਵਿੱਚ 6 ਬੋਰ ਕੀਤੇ ਗਏ ਨੇ। ਉਹਨਾਂ ਬੋਰਾਂ ਰਾਹੀਂ ਜਿਹੜਾ ਇਹ ਪਰਿਕਰਮਾ ਦਾ ਪਾਣੀ ਆ, ਛਬੀਲਾਂ ਦਾ ਪਾਣੀ ਆ, ਜਿਹੜੀ ਵੇਸਟੇਜ ਆ ਉਹ ਧਰਤੀ ਹੇਠ ਜਾਏਗਾ। ਇਸ ਦੇ ਨਾਲ ਨਾਲ ਅਸੀਂ ਜਿਹੜਾ ਚਰਨ ਗੰਗਾ ਦਾ ਪਾਣੀ ਆ, ਕਿਉਂਕਿ ਚਰਨ ਗੰਗਾ ਤੋਂ ਲੋਕ ਆਪਣੇ ਚਰਨ ਧੋ ਕੇ ਅੰਦਰ ਜਾਂਦੇ ਨੇ, ਉਸ ਪਾਣੀ ਦੀ ਵੀ ਵਰਤੋਂ ਜਿਹੜੀ ਆ ਅਸੀਂ ਇਸ ਕਾਰਜ ਲਈ ਕਰਾਂਗੇ। ਇਹ ਕਾਰਜ ਕਰਨ ਵਿੱਚ ਬਹੁਤ ਸਾਡੀ ਮਦਦ ਕੀਤੀ ਆ ਪ੍ਰਦੂਸ਼ਣ ਕੰਟਰੋਲ ਬੋਰਡ, ਖਾਸ ਕਰਕੇ ਪੰਨੂ ਸਾਹਿਬ ਜਿਹੜੇ IAS ਨੇ, ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਆ। ਅਤੇ ਅਸੀਂ ਉਹਨਾਂ ਨੂੰ ਬੇਨਤੀ ਕਰਨ ਜਾ ਰਹੇ ਹਾਂ ਕਿ ਦਫ਼ਤਰਾਂ ਵਾਲੇ ਪਾਸੇ ਵੀ ਜਿਹੜਾ ਮੀਂਹ ਦਾ ਪਾਣੀ ਆ ਆਉਣ ਵਾਲੇ ਸਮੇਂ 'ਚ ਜਿਹੜਾ ਵੇਸਟ ਜਾਂਦਾ ਵਾ ਉਹਨੂੰ ਵੀ ਧਰਤੀ ਹੇਠ ਪਾਇਆ ਜਾਵੇ, ਤਾਂ ਕਿ ਜਿੰਨੀ ਕੁ ਅਸੀਂ ਕਰ ਸਕਦੇ ਹਾਂ ਉਹ ਕਰ ਸਕੀਏ, ਪਾਣੀ ਨੂੰ ਸੇਵ ਕਰ ਸਕੀਏ, ਪਾਣੀ ਦੀ ਸੁਚੱਜੀ ਵਰਤੋਂ ਕਰ ਸਕੀਏ ਅਤੇ ਜਿਹੜਾ ਵੇਸਟ ਹੋ ਰਿਹਾ ਉਹਨੂੰ ਧਰਤੀ ਹੇਠਾਂ ਭੇਜ ਸਕੀਏ। ਇਹ ਕਾਰਜ ਕਰਨ ਦੇ ਨਾਲ, ਕਿਉਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਜਿਹੜਾ ਵੀ ਕੋਈ ਕੰਮ ਕੀਤਾ ਜਾਂਦਾ ਵਾ ਮਾਨਵਤਾ ਦੇ ਭਲੇ ਲਈ, ਵਾਤਾਵਰਨ ਦੇ ਭਲੇ ਲਈ, ਉੱਤੋਂ ਲੋਕ ਬਹੁਤ ਛੇਤੀ ਪ੍ਰੇਰਨਾ ਲੈਂਦੇ ਨੇ। ਅਸੀਂ ਸਮਝਦੇ ਹਾਂ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਇਹ ਕਾਰਜ ਕਰਨ ਦੇ ਨਾਲ ਹੋਰ ਵੀ ਲੋਕ ਅੱਗੇ ਆਉਣਗੇ। ਉਹ ਜਿਹੜਾ ਪਾਣੀ ਵੇਸਟ ਜਾ ਰਿਹਾ ਸਾਡਾ ਉਹਨੂੰ ਧਰਤੀ ਹੇਠ ਪਾ ਕੇ ਪਾਣੀ ਦੀ ਸੁਚੱਜੀ ਵਰਤੋਂ ਕਰਨਗੇ, ਪਾਣੀ ਦੇ ਪ੍ਰਦੂਸ਼ਣ ਤੋਂ ਬਚਾਉਣਗੇ, ਪੰਜਾਬ ਦੇ ਪਾਣੀ ਨੂੰ ਬਚਾ ਕੇ ਪੰਜਾਬ ਨੂੰ ਬਚਾਉਣਗੇ। ਇਹ ਸੇਵਾ ਜਿਹੜੀ ਆ ਉਹ ਸਾਡੇ ਸਹਿਯੋਗ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕਰਵਾਇਆ ਗਿਆ ਇਹ ਕਾਰਜ। ਅਸੀਂ ਸਮਝਦੇ ਹਾਂ ਕਿ ਮਨੁੱਖਤਾ ਦੇ ਭਲੇ ਲਈ, ਖਾਸ ਕਰਕੇ ਪੰਜਾਬ ਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ, ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਇਹ ਬਹੁਤ ਵੱਡਾ ਵਧੀਆ ਕਾਰਜ ਹੈ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਕੀਤਾ ਗਿਆ ਵਾ।